ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ, ਅਸੀਂ ਮੰਡੀ ਦਿਖਾ ਦਿਓ ਬੋਰਡ ਇਹਨਾਂ ਨੂੰ, ਕਿਲੋਮੀਟਰ ਅੱਗੇ ਲੰਘ ਆਏ ਮੰਡੀ ਤੋਂ ਤੇ ਆਪਾਂ ਇੱਥੇ ਆਏ ਨਿਸ਼ਾਨ ਤੁਹਾਡੇ ਸਾਹਮਣੇ ਝੂਲ ਲੈਂਦੇ ਜੋ ਆਪਣੇ ਤੇ ਉਸ ਤੋਂ ਬਾਅਦ ਸ਼ਸਤਰ ਨਾਲ ਜੋ। ਪਿਛਲੇ ਦਿਨੀ ਹੋਲਾ ਮੁਹੱਲਾ ਵੇਖਣ ਜਾ ਰਹੀਆਂ ਸੰਗਤਾਂ ਦੇ ਹਿਮਾਚਲ ਵਿੱਚ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਸੰਤਾਂ ਦੇ ਤਸਵੀਰਾਂ ਲਹਾਉਣ ਅਤੇ ਮੋਟੇ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਭਾਈ ਜਤਿੰਦਰ ਸਿੰਘ, ਭਾਈ ਹਰਜੋਤ ਸਿੰਘ ਅਤੇ ਸਾਥੀ ਸਿੰਘਾਂ ਨੇ ਹਿਮਾਚਲ ਮੰਡੀ ਦੇ ਵਿੱਚ ਨਿਸ਼ਾਨ ਸਾਹਿਬ ਲਾ ਕੇ ਯਾਤਰਾ ਕੀਤੀ ਹੈ ਅਤੇ ਸੰਤਾਂ ਦੀਆਂ ਤਸਵੀਰਾਂ ਲਾ ਕੇ ਜੋ ਖਾਸ ਐਲਾਨ ਕੀਤਾ ਹੈ ਉਹ ਵੇਖਦੇ ਹਾਂ ਸੋਸ਼ਲ ਮੀਡੀਆ ਤੋਂ ਮਿਲੀ ਇਸ ਤਾਜ਼ਾ ਵੀਡੀਓ ਵਿੱਚ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ, ਅਸੀਂ ਮੰਡੀ ਦਿਖਾ ਦਿਓ ਬੋਰਡ ਇਹਨਾਂ ਨੂੰ, ਕਿਲੋਮੀਟਰ ਅੱਗੇ ਲੰਘ ਆਏ ਮੰਡੀ ਤੋਂ ਤੇ ਆਪਾਂ ਇੱਥੇ ਆਏ ਨਿਸ਼ਾਨ ਤੁਹਾਡੇ ਸਾਹਮਣੇ ਝੂਲ ਲੈਂਦੇ ਜੋ ਆਪਣੇ ਤੇ ਉਸ ਤੋਂ ਬਾਅਦ ਸ਼ਸਤਰ ਨਾਲ ਜੋ ਤੇ ਦੂਸਰੇ ਨੰਬਰ ਤੇ ਤਿਆਰ ਬਰ ਤਿਆਰ ਸੰਤਾਂ ਦੀ ਫੋਟੋ ਨਾਲ ਲੱਗੀ ਜੋ ਤੇ ਗੁਰਮੁਖੀ ਲਿਪੀ ਦੇ ਵਿੱਚ ਬੁਲਟ ਦਾ ਨੰਬਰ ਜੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੇ ਨਿਸ਼ਾਨਾਂ ਦੀ ਬੇਦਬੀ ਨਾ ਕਰਾਇਓ ਬਸ। ਸਾਨੂੰ ਅਸੀਂ ਸੰਗਤਾਂ ਤੋਂ ਇਹੋ ਯਾਦ ਰੱਖਦੇ ਕਿ ਬੇਦਬੀ ਨਾ ਹੋਵੇ ਆਪਣੇ ਨਿਸ਼ਾਨਾਂ ਦੀ, ਇਹਨਾਂ ਨੂੰ ਝੂਲਦੇ ਅਸੀਂ ਇਸ ਤਰ੍ਹਾਂ ਰਹਿਣ ਨਿਸ਼ਾਨ ਤੇ ਇਹੋ ਹੀ ਆਸ ਕਰਦੇ ਆਪਾਂ ਇਹ ਵੀਡੀਓ, ਬਸ ਇੰਨੀ ਕੀ ਪਾਉਣ ਲੱਗੇ ਆ, ਜ਼ਿਆਦਾ ਨਹੀਂ ਪਾਉਂਦੇ ਆਪਾਂ, ਕਿਸੇ ਨੂੰ ਭੜਕਾਉਂਦੇ ਨਹੀਂ ਆ ਤੇ ਨਾ ਹੀ ਕਿਸੇ ਦੀ ਈਨ ਮੰਨਦੇ ਆ ਤੇ ਬਾਕੀ ਲੋੜ ਪਈ ਇਹ ਜਿਹੜੇ ਵਾਰ ਸਾਡੇ ਵਾਰਸਾਂ ਨੇ ਜਿੱਤਿਆ ਸੀ ਇਹ ਇਲਾਕਾ ਸਾਰਾ, ਇਹ ਸਾਡਾ ਹੀ ਇਲਾਕਾ ਵਾ, ਅਸੀਂ ਆਪਣੀ ਪਛਾਣ ਭੁੱਲੇ ਆ, ਆਪਣੀ ਪਛਾਣ ਭੁੱਲੇ ਆ। ਜਿੱਦਾਂ ਤੁਹਾਨੂੰ ਆਪਣੀ ਪਛਾਣ ਹੋ ਗਈ ਨਾ ਕਿ ਤੁਸੀਂ ਇਸ ਇਲਾਕੇ ਦੇ ਵਾਰਸ ਜੋ, ਤੇ ਇਹਨਾਂ ਤੇ ਅਸੀਂ ਰਾਜ ਕਰਨਾ ਵਾ, ਅੱਜ ਨਹੀਂ ਤੇ ਕੱਲ ਸਾਡਾ ਹੀ ਰਾਜ ਹੋਣਾ ਵਾ, ਜਿੱਦਾਂ ਮਰਜ਼ੀ ਹੈ ਕਲਪਨਾ ਜੋ ਮਰਜ਼ੀ ਕਰ ਲੈਣ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਤੁਹਾਡਾ ਕੀ ਕਹਿਣਾ ਹੈ ਇਸ ਬਾਰੇ, ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਸੂਬਾ ਪੰਜਾਬ ਨਾਲ ਸੰਬੰਧਿਤ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਬਾ ਦਿਓ ਬੈਲ ਦਾ ਨਿਸ਼ਾਨ। ਬਿਊਰੋ ਨਿਊਜ਼, ABNews ਪੰਜਾਬ।